ਮੈਂ ਇੰਸਪੈਕਟਰ ਹਰਜੀਤ ਕੌਰ, ਵਰਕਿੰਗ ਐਜ ਸਾਈਬਰ ਇੰਚਾਰਜ ਸੰਗਰੂਰ ਪੁਲਿਸ ਸਟੇਸ਼ਨ। ਮੈਂ ਆਪ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੇ ਸਾਈਬਰ ਫਰੋਡ ਸਾਡੇ ਸਾਹਮਣੇ ਆ ਰਹੇ ਹਨ, ਤਾਂ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਅਨਔਥੋਰਾਈਜ਼ ਲਿੰਕਸ, ਅਨਔਥੋਰਾਈਜ਼ ਪਰਸਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਤੁਹਾਡੀ ਜਿਨ੍ਹਾਂ ਨਾਲ ਕੋਈ ਵੀ ਤਰੀਕੇ ਦੀ ਜਾਣ ਪਹਿਚਾਣ ਨਹੀਂ ਹੈਗੀ, ਤਾਂ ਤੁਸੀਂ ਉਹਨਾਂ ਨਾਲ ਆਪਣਾ ਕਿਸੇ ਵੀ ਲੈਵਲ ਦਾ ਕੋਈ ਵੀ ਡੇਟਾ ਕੰਪਰੋਮਾਈਜ਼ ਨਹੀਂ ਕਰਨਾ ਹੈ। ਲਾਈਕ ਜਿੱਦਾਂ ਕਿਸੇ ਵੀ ਟਾਈਪ ਦਾ OTP, ਅਕਾਊਂਟ ਡਿਟੇਲ, CVV ਨੰਬਰ, ਕ੍ਰੈਡਿਟ ਕਾਰਡ ਡਿਟੇਲਸ, ਕਿਸੇ ਵੀ ਤਰ੍ਹਾਂ ਦੀ ਡਿਟੇਲਸ ਹੈ ਜਿਹੜੀ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਨਾਲ ਤੁਸੀਂ ਸ਼ੇਅਰ ਨਹੀਂ ਕਰਨੀ ਹੈ। ਮੈਡਮ, ਇਹਦੇ ਡੇਟਾ ਚੋਰੀ ਹੋ ਜਾਂਦਾ, ਜਿਸ ਤਰ੍ਹਾਂ ਸਟੋਕ ਮਾਰਕੀਟ ਹੋ ਗਈ, ਸ਼ੇਅਰ ਮਾਰਕੀਟ ਹੋ ਗਈ, ਲੋਕਾਂ ਨੂੰ ਕਿਵੇਂ ਭਰੋਸਾ ਹੋਵੇ ਵੀ ਅਸੀਂ ਕਿਸ ਤਰੀਕੇ ਨਾਲ ਕੰਮ ਕਰੀਏ? ਮੈਂ ਬੇਨਤੀ ਕਰਦੀ ਹਾਂ ਇਹਦੇ ਵਿੱਚ ਕਿ ਤੁਸੀਂ ਜਿਹੜਾ ਵੀ ਕੋਈ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਕੁਛ ਪਰਚੇਜ਼ ਕਰਨਾ ਚਾਹੁੰਦੇ ਹੋ, ਤਾਂ ਹਮੇਸ਼ਾ ਪਲੇ ਸਟੋਰ ਤੋਂ ਲੀਗਲ ਜਿਹੜੀਆਂ ਵੈਲਿਡ ਐਪਲੀਕੇਸ਼ਨਸ ਨੇ ਉਹਨਾਂ ਦੇ ਥਰੂ ਤੁਸੀਂ ਜਾ ਸਕਦੇ ਹੋ, ਜਾਂ ਪ੍ਰੋਪਰ ਜਿਹੜੀਆਂ ਵੈਬਸਾਈਟ ਨੇ ਤੁਸੀਂ ਉਹਨਾਂ ਤੋਂ ਹੀ ਫੋਲੋ ਕਰ ਸਕਦੇ ਹੋ। ਗੂਗਲ ਸਰਚ ਦੇ ਵਿੱਚ ਮੈਕਸੀਮਮ 99% ਜ਼ਿਆਦਾ ਜਿਹੜੇ ਫੇਕ ਲਿੰਕ ਮਿਲ ਰਹੇ ਨੇ ਉਹ ਅਨਔਥੋਰਾਈਜ਼ ਲਿੰਕ ਨੇ, ਜਿਨ੍ਹਾਂ ਦੇ ਵਿੱਚ ਬੈਕਐਂਡ 'ਤੇ ਕੋਈ ਨਾ ਕੋਈ ਫਰੋਡਸਟਰ ਕਿਸੇ ਨਾ ਕਿਸੇ ਤਰੀਕੇ ਦੀ ਠੱਗੀ ਦਾ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਤੁਹਾਡੀ ਕਿਸ ਤਰੀਕੇ ਨਾਲ ਹੈਲਪ ਕੀਤੀ ਜਾ ਸਕਦੀ ਹੈ ਜੇ ਕੋਈ ਡਾਊਟਫੁਲ ਹੁੰਦਾ ਹੈ ਜਾਂ ਉਹਨਾਂ ਨੂੰ ਡਾਊਟ ਲੱਗਦਾ ਹੈ ਜੇ ਉਹਨਾਂ ਨੇ ਦੇਖਣਾ ਚਾਹੁੰਦੇ ਨੇ ਤਾਂ ਕਿਸ ਤਰੀਕੇ ਦੀ? ਜੀ, ਅਗਰ ਕੋਈ ਵਿਅਕਤੀ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦਾ ਹੈ, ਫਾਈਨੈਂਸ਼ੀਅਲ ਫਰੋਡ ਦਾ ਸ਼ਿਕਾਰ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਹ 1930 1930 ਨੰਬਰ 'ਤੇ ਕਾਲ ਕਰਕੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਹੈ। 1930 MHA ਵੱਲੋਂ ਪ੍ਰੋਵਾਈਡ ਕੀਤੀ ਗਈ ਹੈਲਪਲਾਈਨ ਨੰਬਰ ਹੈ, ਜਿਹੜੀ ਕਿ ਆਲ ਇੰਡੀਆ ਬੈਂਕਸ ਨਾਲ ਔਨਲਾਈਨ ਆਟੋਮੈਟਿਕਲੀ ਅਟੈਚ ਹੈ। ਇਹਦੇ 'ਚ ਕੀ ਹੁੰਦਾ, ਅਗਰ ਤੁਹਾਡਾ ਪੈਸਾ ਅਦਰ ਸਟੇਟ 'ਚ ਜਾਂਦਾ ਹੈ ਤਾਂ ਇਮੀਡੀਏਟ ਉਹਦੇ ਹੋਲਡ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਹਨ, ਤਾਂ ਤੁਹਾਡਾ ਪੈਸਾ ਹੋਲਡ ਕੀਤਾ ਜਾਂਦਾ ਹੈ। ਆਫਟਰ ਆਲ ਥਰੂ ਲੀਗਲ ਪ੍ਰੋਸੈਸ ਤੁਹਾਡਾ ਪੈਸਾ ਅਨਫਰੀਜ਼ ਕਰਵਾਇਆ ਜਾਂਦਾ ਹੈ, ਜੋ ਕਿ ਅਦਰ ਸਟੇਟਸ ਦੇ ਬੈਂਕਸ ਦੇ ਵਿੱਚ ਹੋਲਡ ਅਸੀਂ ਕਰਵਾ ਦਿੱਤੇ ਹਨ 1930 ਦੇ ਜ਼ਰੀਏ। ਤਾਂ ਆਪ ਸਭ ਨੂੰ ਬੇਨਤੀ ਹੈ, ਫਸਟ ਆਫ ਆਲ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ। ਅਗਰ ਕੋਈ ਬਾਈ ਚਾਂਸ ਇਹਦਾ ਸ਼ਿਕਾਰ ਹੋ ਜਾਂਦਾ ਤਾਂ 1930 'ਤੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ, ਜਿਹਦੀ ਕੰਪਲੇਂਟ ਸਾਡੇ ਕੋਲ ਸਾਡੇ NCRP ਪੋਰਟਲ ਪਰ ਔਨਲਾਈਨ ਆਪਣੇ ਆਪ ਹੀ ਦਰਜ ਹੋ ਜਾਂਦੀ ਹੈ। ਮੈਂ ਇੰਸਪੈਕਟਰ ਹਰਜੀਤ ਕੌਰ, ਵਰਕਿੰਗ ਐਜ ਸਾਈਬਰ ਇੰਚਾਰਜ ਸੰਗਰੂਰ ਪੁਲਿਸ ਸਟੇਸ਼ਨ। ਮੈਂ ਆਪ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੇ ਸਾਈਬਰ ਫਰੋਡ ਸਾਡੇ ਸਾਹਮਣੇ ਆ ਰਹੇ ਹਨ, ਤਾਂ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਅਨਔਥੋਰਾਈਜ਼ ਲਿੰਕਸ, ਅਨਔਥੋਰਾਈਜ਼ ਪਰਸਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਤੁਹਾਡੀ ਜਿਨ੍ਹਾਂ ਨਾਲ ਕੋਈ ਵੀ ਤਰੀਕੇ ਦੀ ਜਾਣ ਪਹਿਚਾਣ ਨਹੀਂ ਹੈਗੀ, ਤਾਂ ਤੁਸੀਂ ਉਹਨਾਂ ਨਾਲ ਆਪਣਾ ਕਿਸੇ ਵੀ ਲੈਵਲ ਦਾ ਕੋਈ ਵੀ ਡੇਟਾ ਕੰਪਰੋਮਾਈਜ਼ ਨਹੀਂ ਕਰਨਾ ਹੈ। ਲਾਈਕ ਜਿੱਦਾਂ ਕਿਸੇ ਵੀ ਟਾਈਪ ਦਾ OTP, ਅਕਾਊਂਟ ਡਿਟੇਲ, CVV ਨੰਬਰ, ਕ੍ਰੈਡਿਟ ਕਾਰਡ ਡਿਟੇਲਸ, ਕਿਸੇ ਵੀ ਤਰ੍ਹਾਂ ਦੀ ਡਿਟੇਲਸ ਹੈ ਜਿਹੜੀ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਨਾਲ ਤੁਸੀਂ ਸ਼ੇਅਰ ਨਹੀਂ ਕਰਨੀ ਹੈ। ਮੈਡਮ, ਇਹਦੇ ਡੇਟਾ ਚੋਰੀ ਹੋ ਜਾਂਦਾ, ਜਿਸ ਤਰ੍ਹਾਂ ਸਟੋਕ ਮਾਰਕੀਟ ਹੋ ਗਈ, ਸ਼ੇਅਰ ਮਾਰਕੀਟ ਹੋ ਗਈ, ਲੋਕਾਂ ਨੂੰ ਕਿਵੇਂ ਭਰੋਸਾ ਹੋਵੇ ਵੀ ਅਸੀਂ ਕਿਸ ਤਰੀਕੇ ਨਾਲ ਕੰਮ ਕਰੀਏ? ਮੈਂ ਬੇਨਤੀ ਕਰਦੀ ਹਾਂ ਇਹਦੇ ਵਿੱਚ ਕਿ ਤੁਸੀਂ ਜਿਹੜਾ ਵੀ ਕੋਈ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਕੁਛ ਪਰਚੇਜ਼ ਕਰਨਾ ਚਾਹੁੰਦੇ ਹੋ, ਤਾਂ ਹਮੇਸ਼ਾ ਪਲੇ ਸਟੋਰ ਤੋਂ ਲੀਗਲ ਜਿਹੜੀਆਂ ਵੈਲਿਡ ਐਪਲੀਕੇਸ਼ਨਸ ਨੇ ਉਹਨਾਂ ਦੇ ਥਰੂ ਤੁਸੀਂ ਜਾ ਸਕਦੇ ਹੋ, ਜਾਂ ਪ੍ਰੋਪਰ ਜਿਹੜੀਆਂ ਵੈਬਸਾਈਟ ਨੇ ਤੁਸੀਂ ਉਹਨਾਂ ਤੋਂ ਹੀ ਫੋਲੋ ਕਰ ਸਕਦੇ ਹੋ। ਗੂਗਲ ਸਰਚ ਦੇ ਵਿੱਚ ਮੈਕਸੀਮਮ 99% ਜ਼ਿਆਦਾ ਜਿਹੜੇ ਫੇਕ ਲਿੰਕ ਮਿਲ ਰਹੇ ਨੇ ਉਹ ਅਨਔਥੋਰਾਈਜ਼ ਲਿੰਕ ਨੇ, ਜਿਨ੍ਹਾਂ ਦੇ ਵਿੱਚ ਬੈਕਐਂਡ 'ਤੇ ਕੋਈ ਨਾ ਕੋਈ ਫਰੋਡਸਟਰ ਕਿਸੇ ਨਾ ਕਿਸੇ ਤਰੀਕੇ ਦੀ ਠੱਗੀ ਦਾ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਤੁਹਾਡੀ ਕਿਸ ਤਰੀਕੇ ਨਾਲ ਹੈਲਪ ਕੀਤੀ ਜਾ ਸਕਦੀ ਹੈ ਜੇ ਕੋਈ ਡਾਊਟਫੁਲ ਹੁੰਦਾ ਹੈ ਜਾਂ ਉਹਨਾਂ ਨੂੰ ਡਾਊਟ ਲੱਗਦਾ ਹੈ ਜੇ ਉਹਨਾਂ ਨੇ ਦੇਖਣਾ ਚਾਹੁੰਦੇ ਨੇ ਤਾਂ ਕਿਸ ਤਰੀਕੇ ਦੀ? ਜੀ, ਅਗਰ ਕੋਈ ਵਿਅਕਤੀ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦਾ ਹੈ, ਫਾਈਨੈਂਸ਼ੀਅਲ ਫਰੋਡ ਦਾ ਸ਼ਿਕਾਰ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਹ 1930 1930 ਨੰਬਰ 'ਤੇ ਕਾਲ ਕਰਕੇ
ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਹੈ। 1930 MHA ਵੱਲੋਂ ਪ੍ਰੋਵਾਈਡ ਕੀਤੀ ਗਈ ਹੈਲਪਲਾਈਨ ਨੰਬਰ ਹੈ ਜਿਹੜੀ ਕਿ ਆਲ ਇੰਡੀਆ ਬੈਂਕਸ ਨਾਲ ਆਨਲਾਈਨ ਆਟੋਮੈਟਿਕਲੀ ਅਟੈਚ ਹੈ। ਇਹਦੇ 'ਚ ਕੀ ਹੁੰਦਾ, ਅਗਰ ਤੁਹਾਡਾ ਪੈਸਾ ਅਦਰ ਸਟੇਟ 'ਚ ਜਾਂਦਾ ਹੈ ਤਾਂ ਇਮੀਡੀਏਟ ਉਹਦੇ ਹੋਲਡ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਹਨ, ਤਾਂ ਤੁਹਾਡਾ ਪੈਸਾ ਹੋਲਡ ਕੀਤਾ ਜਾਂਦਾ ਹੈ। ਆਫਟਰ ਆਲ ਥਰੂ ਲੀਗਲ ਪ੍ਰੋਸੈਸ ਤੁਹਾਡਾ ਪੈਸਾ ਅਨਫਰੀਜ਼ ਕਰਵਾਇਆ ਜਾਂਦਾ ਹੈ, ਜੋ ਕਿ ਅਦਰ ਸਟੇਟਸ ਦੇ ਬੈਂਕਸ ਦੇ ਵਿੱਚ ਹੋਲਡ ਅਸੀਂ ਕਰਵਾ ਦਿੱਤੇ ਹਨ 1930 ਦੇ ਜ਼ਰੀਏ। ਤਾਂ ਆਪ ਸਭ ਨੂੰ ਬੇਨਤੀ ਹੈ, ਫਸਟ ਆਫ ਆਲ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ। ਅਗਰ ਕੋਈ ਬਾਈ ਚਾਂਸ ਇਹਦਾ ਸ਼ਿਕਾਰ ਹੋ ਜਾਂਦਾ ਤਾਂ 1930 'ਤੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ, ਜਿਹਦੀ ਕੰਪਲੇਂਟ ਸਾਡੇ ਕੋਲ ਸਾਡੇ NCRP ਪੋਰਟਲ ਪਰ ਆਨਲਾਈਨ ਆਪਣੇ ਆਪ ਹੀ ਦਰਜ ਹੋ ਜਾਂਦੀ ਹੈ।